ਆ ਖੜ ਗਿਆ ਝੋਟਾ ਤੇ ਮੇਰੇ ਵੀਰੇ ਉਹ ਇਹ ਆਸੇ ਪਾਸੇ ਨੂੰ ਜਾ ਰਹੇ ਨੇ, ਪਤਾ ਨਹੀਂ ਕੀ ਕੁਛ ਯਾਰ ਉਹਦੇ ਬਣਾਇਆ ਹੋਇਆ ਇਹਨਾਂ ਨੇ, ਪਰ ਐ ਆ ਵੀ ਖਰਚਾ ਇੰਨਾ ਜ਼ਿਆਦਾ ਨਹੀਂ ਕੀਤਾ ਜਿੰਨਾ ਆਪਣੇ ਘਰ ਤੇ ਹੋ ਗਿਆ ਸੀ। ਇਹ ਆ ਬਾਈ ਜੀ ਉਹ ਹੋਟਲ ਜਿੱਥੇ ਆਪਾਂ ਰਵਾਂਗੇ ਅੱਜ ਪੂਰੇ 24 ਘੰਟਿਆਂ ਦੇ ਲਈ, ਕਿਉਂਕਿ ਆ ਦੇਖੋ ਇੱਥੇ ਪਏ ਰਹੋ ਯਾਰ ਘੰਟਾ ਘੰਟਾ, ਇੱਥੇ ਕੋਈ ਲੈਪਟਾਪ ਲੂਪਟਾਪ ਰੱਖ ਕੇ ਨਹੀਂ, ਲੈਪਟਾਪ ਰੱਖਣ ਨੂੰ ਜਗ੍ਹਾ ਹੈ ਨਹੀਂ, ਬੇਕਾਰ। 1500 ਦੇ ਹਿਸਾਬ ਨਾਲ ਬਿਲਕੁਲ ਵੀ ਨਹੀਂ ਵਧੀਆ ਇਹ। ਇੱਥੇ ਆਪਾਂ ਨੂੰ ਇਹ ਸਭ ਚੀਜ਼ਾਂ ਵੀ ਆਮ ਦੇਖਣ ਨੂੰ ਮਿਲਦੀਆਂ ਨੇ। ਅਬ ਇਤਨੀ ਰਾਤ ਕੋ ਕਰ ਵੀ ਕਿਆ ਸਕਤਾ ਹੂੰ, ਇੱਕ ਕਾਮ ਕਰਤਾ ਹੂੰ, ਸੋ ਜਾਤਾ ਹੂੰ। ਤੁਹਾਡੇ ਘਰ ਫਿਰ ਸਵਾਗਤ ਆ ਬੀਂਗ ਸਰਦਾਰ ਦੇ ਘੈਂਟ ਦੇ ਚੈਨਲ ਦੇ ਵਿੱਚ। ਅੱਜ ਆਪਾਂ ਕਰਨ ਵਾਲੇ ਹਾਂ ਲਿਵਿੰਗ ਇਨ 7-star ਹੋਟਲ ਫੋਰ 24 ਆਰ। ਮਤਲਬ ਨਾ ਜਦੋਂ ਤੁਹਾਨੂੰ ਪਤਾ ਪਿੰਡ ਵਾਲਿਆਂ ਨੇ ਆਹ ਪਾਇਆ ਹੋਵੇ ਤਾਂ ਕੋਈ ਨੀ ਬਾਈ ਜੀ ਰੋਕ ਸਕਦਾ ਚੋਰ ਨੂੰ ਤਾਂ, ਤੇ ਆਹ ਬੈਠਾ ਝੋਟਾ ਕਹਿੰਦੇ 7-star ਵਿੱਚ ਇਹ ਤਾਜ ਹੋਟਲ ਆ, ਤੇ ਇੱਥੇ ਇਹਦਾ ਇੱਕ ਦਿਨ ਦਾ ਕਿਰਾਇਆ 20,000 ਰੁਪਈਆ ਵਿਦ ਟੈਕਸ ਆ ਯਾਰ, ਮਤਲਬ ਇੱਕ ਰਾਤ ਲਈ 20,000 ਰੁਪਈਆ ਨੂੰ ਦੇ ਦਿਓ, ਬਾਹਲਾ ਮਹਿੰਗਾ। ਪਰ ਕੋਈ ਨੀ ਬਈ ਫੀਚਰ ਦਿਖਾਉਂਦੇ ਹਾਂ, ਐਡਾ ਤਗੜਾ ਹੋਟਲ ਆ ਨਾ ਬਾਹਰੋਂ ਲੈ ਕੇ ਅੰਦਰ ਤੱਕ ਆਪਾਂ ਸਾਰਾ ਦਿਖਾਵਾਂਗੇ, ਪੂਰਾ ਦੇਖੀ ਚੱਲਿਓ ਚੈਨਲ ਨੂੰ ਤੇ ਫਟਾਫਟ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ। ਉਦੋਂ ਪਹਿਲਾਂ ਇੱਕ ਹੋਰ ਚੀਜ਼ ਦੇਖੋ, ਆਹ ਦੇਖੋ ਕੈਮਰਾਮੈਨ ਇੱਧਰ ਆਓ, ਆਹ ਦੇਖੋ ਆਹ ਰੇ ਬਾਈ ਜੀ ਰਿਮੋਟ, ਤੇ ਆਹ ਮੈਂ ਉਹਨੂੰ ਕਹਿਦਾ ਬਾਈ ਜੀ ਪਰਦੇ ਖੋਲੋ, ਜਦੋਂ ਪੜਨ ਲੱਪੇ ਤੇ ਆਹ ਖੜ ਗਿਆ ਝੋਟਾ ਤੇ ਮੇਰੇ ਵੀਰੇ ਉਹ ਇਹ ਆਸੇ ਪਾਸੇ ਨੂੰ ਜਾ ਰਹੇ ਨੇ ਤੇ ਮਜ਼ੇ ਦੇ ਸਵਾਦ ਆ ਰਹੇ ਨੇ, ਤੇ ਹੁਣ ਮੇਰੇ ਵੀਰੇ ਇੱਧਰ ਦੇਖੋ ਜਿਹੜਾ ਉਹ ਮੈਂ ਇੱਧਰ ਨੂੰ ਆ ਗਿਆ, ਤੇ ਉਦੋਂ ਬਾਅਦ ਜਿਹੜਾ ਇਹ ਆ ਨਾ ਸਿਸਟਮ ਕੋਈ ਥੋੜਾ ਖਾਰਾ ਪਾਇਆ ਹੋਇਆ, ਮਤਲਬ ਉਹ ਆਇਆ ਸੀ ਬਾਈ ਜੀ ਕਹਿੰਦਾ ਵੀ ਸਾਫ਼ ਕਰ ਦਈਏ, ਮੈਂ ਕਿਹਾ ਅਸੀਂ ਆਪ ਹੀ ਕਰ ਲਵਾਂਗੇ ਯਾਰ, ਹਨਾ ਕਿਉਂ ਦਿੱਕਤ ਦੇਣੀ ਹੈ ਤੈਨੂੰ। ਪਰ ਆਹ ਦੇਖੋ ਉਰੇ ਆਉਣਾ ਕੈਮਰਾਮੈਨ, ਤੇ ਆਹ ਦੇਖੋ ਉਰੇ ਸਾਰਾ ਕੁਛ ਨਾ ਰਿਮੋਟ ਕੰਟਰੋਲ ਹੀ ਆ, ਜਿਵੇਂ ਤੁਸੀਂ ਆਹ ਦੇਖ ਸਕਦੇ ਹੋ, ਜੇ ਤੁਸੀਂ ਰਿਮੋਟ ਕੰਟਰੋਲ ਹਨਾ ਹਿਸਾਬ ਨਾਲ ਆਪਦਾ ਏਸੀ ਉਹਨੂੰ ਵਧਾ ਲਓ ਘਟਾ ਲਓ ਸਪੀਡ ਵਧਾ ਲਓ, ਉਹ ਚਲਾ ਤਾ ਠੰਡ ਵਾਲੀ ਲੱਗਣ ਲੱਗ ਜਾਂਦੀ ਆ, ਆ ਪ੍ਰਾਈਵੇਸੀ ਲੱਪ ਦਊ ਵੀ ਮੈਨੂੰ ਕੋਈ ਤੰਗ ਨਾ ਕਰੇ ਬਾਈ, ਹਨਾ। ਉਹਦੇ ਬਾਅਦ ਆਹ ਸਰਵੈਂਟ ਸੁਰਮੈਂਟ ਪਤਾ ਨਹੀਂ ਕੀ ਕੁਛ ਆ ਇੱਥੇ, ਤੇ ਮਤਲਬ ਜਿਵੇਂ ਲੈਟਰ ਲੁੱਟਾ ਇੱਥੋਂ ਹੀ ਆਪਾਂ ਹਰੇ ਚੇਂਜ ਚੂਜ ਕਰ ਸਕਦੇ ਹਾਂ, ਤੇ ਬਸ ਯਾਰ ਸਭ ਤੋਂ ਪਹਿਲਾਂ ਬਾਈ ਜੀ ਹੁਣ ਇੱਥੇ ਵੱਜ ਚੁੱਕੇ ਹੋਏ ਆ, ਕਮ ਸੇ ਕਮ ਕਿੰਨੇ ਵੱਜ ਗਏ, 10 ਵੱਜ ਚੁੱਕੇ ਹੋਏ ਆ, ਤੇ ਆਪਾਂ ਪਹਿਲਾਂ ਬ੍ਰੇਕਫਾਸਟ ਆਰਡਰ ਕਰ ਲੈਂਦੇ ਆ, ਆ ਕੇ ਦਿਖਾਇਓ ਮਾੜਾ ਜਿਹਾ। ਬ੍ਰੇਕਫਾਸਟ ਦਾ ਜਿਹੜਾ ਪ੍ਰਾਈਜ਼ ਹੀ ਆ ਨਾ ਉਹ ਇੱਥੇ ਦੇਖੋ, ਜਿਹੜੇ ਇਕੱਲੇ ਫਰੂਟ ਆ ਉਹ ਵੀ 1,000 ਰੁਪਏ ਦੇ ਆ, ਤੇ ਆਹ ਪੂਰੀ ਆਲੂ ਜਿਹਨੂੰ ਆਪਾਂ ਆਲੂ ਪੂੜੀਆਂ ਕਹਿੰਦੇ ਆ ਉਹ ਵੀ 1,000 ਰੁਪਏ ਦੀਆਂ 2 ਪੂੜੀਆਂ ਨੇ ਸਾਰੀਆਂ ਇਹ। ਹੁਣ ਆਪਾਂ ਆਰਡਰ ਕਰ ਲੈਂਦੇ ਆ ਇੱਕ ਫਰੂਟ ਪਲੈਟਰ ਤੇ ਇੱਕ ਪੂਰੀ ਆਲੂ, ਮੈਂ ਇੰਨੀ ਉੱਚੀ ਨਾ ਬੋਲਾਂ ਕਿਉਂਕਿ ਇਹ ਹੋਟਲ ਆਪਣਾ ਘਰ ਨਹੀਂ ਹੈਗਾ, ਮਤਲਬ ਬਾਹਲੇ ਜਾਣੇ ਇੱਥੇ ਨਾ ਪਏ ਹੋਏ ਆ, ਤਾਂ ਤੇ ਇਹਦੇ ਬਾਰੇ ਦੇਖੋ ਹੋਰ ਇਹਨਾਂ ਨੂੰ ਦਿੱਤਾ, ਕਹਿੰਦੇ ਭਾਅ ਜੀ ਆਟੋਗ੍ਰਾਫ ਤਾਂ ਫਿਰ ਬਣਦਾ ਨਾ, ਇੱਡੇ ਵੱਡੇ ਸਟਾਰ ਆਏ ਹੋਏ ਨੇ ਤੁਹਾਡੇ ਹੋਟਲ ਦੇ ਵਿੱਚ, ਤਾਂ ਇਹ ਆਟੋਗ੍ਰਾਫ ਲਈ ਤਾਂ ਬਿਲਕੁਲ ਵੀ ਨਹੀਂ ਹੈਗਾ, ਇੱਥੇ ਲਿਖ ਦਿਓ ਆਪਦਾ ਕਿ ਵਧੀਆ ਲੱਗਿਆ ਕਿ ਨਹੀਂ ਲੱਗਿਆ, ਬਸ ਇੰਨਾ ਹੀ ਨਹੀਂ। ਤੇ ਹੋਰ ਤੁਹਾਨੂੰ ਪੂਰਾ ਰੂਮ ਟੂਰ ਵੀ ਦੇਵਾਂਗੇ, ਪੂਰਾ ਹੋਟਲ ਟੂਰ ਦੇਵਾਂਗੇ, ਪਰ ਯਾਰ ਅਜੇ ਨਾ ਥੋੜ੍ਹਾ ਮੈਂ ਲਾਵਾਂ ਯਾਰ ਚਾਹ ਜ਼ਿਆਦਾ ਕਰ ਗਿਆ ਮੈਂ। ਹੁਣ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਜਿਹੜੇ ਆਹ ਫਰੂਟਸ ਆ, ਤੇ ਆਹ ਆਲੂ ਪੂਰੀ 4 ਪੂੜੀਆਂ ਨੇ, ਤੇ ਉਹ ਨਾਲ ਮਾੜੇ ਛੋਲੇ ਪਤਾ ਨਹੀਂ ਕੀ ਦਿੱਤਾ ਹੋਇਆ, ਤੇ ਆਹ ਨਾਲ ਚਾਰ ਦੇ ਦਿੱਤਾ ਹੋਇਆ, ਤੇ ਇਹਦੇ ਹੀ ਖੜ ਤੋਂ ਇਹਨਾਂ ਨੇ ਬਿੱਲ ਬਿੱਲ ਕਿੱਥੇ ਆ, ਇਹਨਾਂ ਨੇ ਖੜ ਤੋਂ ਬਿੱਲ ਲੈ ਲਿਆ, ਇਹ ਤਾਂ ਬਿੱਲ ਇੱਥੇ ਲੱਭਣ ਵਾਲਾ 2,200 ਰੁਪਈਆ ਇੰਨੇ ਕੁ ਦਾ ਜੀ, ਬਸ ਆਹ ਇਹ ਆ, ਤੇ ਬਸ ਇਹ ਇਹਨੂੰ ਖਾਈਏ ਹੁਣ, ਤੇ ਫਿਰ ਯਾਰ ਤੁਹਾਨੂੰ ਹੋਰ ਵੀ ਏਰੀਆ ਦਿਖਾਉਂਦੇ ਹਾਂ ਸਾਰਾ, ਠੀਕ ਆ ਆ ਜਾਓ। ਤੁਸੀਂ 1X ਬਾਰੇ ਤਾਂ ਸੁਣਿਆ ਹੋਊਗਾ, ਉਹੀ ਨੇੜੇ ਕਿ ਟੀਮ ਐਕਸ ਨੂੰ ਤੇ ਸਪਾਰਕ ਟੀਮ ਨੂੰ ਸਪਾਂਸਰ ਕਰਦੇ ਨੇ, ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਵੇਂ ਮੈਂ ਇਹਨੂੰ ਖੇਡਿਆ, ਤੇ ਮੈਨੂੰ ਇੰਨਾ ਘੈਂਟ ਲੱਗਿਆ ਯਾਰ। ਵਨਵਿਨੇਕਰ ਬਹੁਤ ਘੈਂਟ ਐਂਟਰਟੇਨਿੰਗ ਪਲੇਟਫਾਰਮ ਆ, ਤੇ ਇੱਥੇ ਬਹੁਤ ਸਾਰੀਆਂ ਗੇਮਸ ਨੇ ਯਾਰ, ਬਹੁਤ ਘੈਂਟ ਘੈਂਟ ਗੇਮਸ। ਇੰਜੋਏ ਕਰਨ ਲਈ ਮੇਰੇ ਫਰੈਂਡ ਦੀ ਵੈਬਸਾਈਟ ਵਨਵਿਨ ਤੇ ਜਾਣਾ ਹੋਊਗਾ ਤੁਸੀਂ, ਬਸ ਮੈਂ ਆਪਣੀ ਫੇਵਰੇਟ ਗੇਮ ਖੇਡੂੰਗਾ ਲੱਕੀ ਜੈੱਟ,
ਇਹਦੇ ਵਿੱਚ ਯਾਰ ਇੱਕ ਰੋਕੇਟ ਆ ਜਿਹੜਾ ਕਿ ਉੱਪਰ ਜਾਊਗਾ ਤੇ ਥੱਲੇ ਵੀ ਆਊਗਾ, ਤੁਸੀਂ ਉਹਨੂੰ ਯਾਰ ਥੱਲੇ ਡਿੱਗਣ ਤੋਂ ਪਹਿਲਾਂ ਫੜਨਾ ਵਾ ਟੈਪ ਕਰਨਾ, ਤੇ ਜਿਹੜੇ ਤੁਹਾਨੂੰ ਕ੍ਰਿਸਟਲ ਮਿਲਣਗੇ ਤੁਸੀਂ ਉਹਨੂੰ ਯਾਰ ਰੇਲ ਵੇਨ ਵਿੱਚ ਕਨਵਰਟ ਕਰ ਸਕਦੇ ਹੋ। ਜੇ ਤੁਸੀਂ ਇੱਦਾਂ ਖੜੇ ਤੁਹਾਡੇ ਹੋਰ ਵੀ ਚਾਂਸ ਆ ਜਿੱਤਣ ਦੇ। ਮੈਂ 500 ਕ੍ਰਿਸਟਲ ਯੂਜ਼ ਕਰੇ ਵਿਦ ਔਡ 1.5 ਦੇ ਨਾਲ, ਰਾਊਂਡ ਸਟਾਰਟ ਹੋ ਚੁੱਕਿਆ ਤੇ ਪਾਇਲਟ ਵੀ ਟੇਕ ਆਫ ਕਰ ਚੁੱਕਿਆ। ਤੁਸੀਂ ਨੂੰ ਪੂਰੇ ਇੰਟਰਸਟ ਨਾਲ ਖੇਡਣਾ ਯਾਰ, ਕੁਛ ਵੀ ਕੰਪਲੀਕੇਟਡ ਨਹੀਂ ਗਾ, ਤੁਸੀਂ ਦੇਖ ਸਕਦੇ ਹੋ ਮੈਂ ਫਸਟ ਵਾਰੀ ਜਿੱਤ ਚੁੱਕਿਆ। ਸੈਕਿੰਡ ਔਡਰ 'ਚ ਮੈਂ ਸੇਮ ਹੀ ਚੀਜ਼ ਕਰੂੰਗਾ, 500 ਕ੍ਰਿਸਟਲ ਲਾਏ, ਦੇਖਦਾ ਮੈਂ ਕਿੰਨੇ ਜਿੱਤ ਸਕਦਾ। ਯੈਸ, ਤੁਸੀਂ ਦੇਖ ਸਕਦੇ ਹੋ ਕਿ ਮੈਂ ਜਿੱਤ ਚੁੱਕਿਆ ਇਹਦੇ ਵਿੱਚ। ਲੇਕਿਨ ਸਿਰਫ ਗੇਮ ਨੀਗੀ ਯਾਰ, ਇੱਕ ਐਕਸਾਈਟਮੈਂਟ ਆ, ਇਟਸ ਐਡਰੇਲੀਅਨ। ਤੁਸੀਂ ਯਾਰ ਬੋਨਸ ਵੀ ਲੈ ਸਕਦੇ ਹੋ, ਜੇ ਤੁਸੀਂ ਕਲਿੱਕ ਕਰਨਾ ਤੇ ਬੋਨਸ ਮਿਲ ਜਾਊਗਾ। ਲੱਕੀ ਯਾਰ ਗੇਮ ਖੇਡੋ ਯਾਰ ਤੇ ਆਪਣੀ ਰੀਅਲ ਲਾਈਫ ਦੇ ਵਿੱਚ ਵੀ ਯਾਰ ਜਿੱਤੋ। ਲਿੰਕ ਪਿੰਨ ਕਮੈਂਟ ਦੇ ਵਿੱਚ ਆ, ਮੇਰਾ ਪ੍ਰੋਮੋ ਕੋਡ ਯੂਜ਼ ਕਰੋ, ਤੁਹਾਨੂੰ ਮਿਲ ਜਾਊਗਾ ਵਧੀਆ ਬੋਨਸ ਮੇਰੀ ਤਰਫ ਤੋਂ। ਟਰਾਈ ਕਰ ਲਈ ਤੁਹਾਨੂੰ ਪਤਾ ਯਾਰ, ਮੈਂ ਨਾ ਇਹ ਖਾਣਾ ਗਿੱਜਿਆ ਹੋਇਆ ਵਾ, ਸਵੇਰੇ ਉੱਠਦੇ ਸਾਹ ਜੇ ਮੈਨੂੰ ਨਾ ਨਾ ਮਿਲੇ ਤਾਂ ਮੈਨੂੰ ਦਿੱਕਤ ਹੁੰਦੀ ਆ ਯਾਰ। ਇਹ ਆ ਬਾਈ ਜੀ ਏਰੀਆ, ਤੁਸੀਂ ਦੇਖ ਸਕਦੇ ਹੋ ਸਪਰੇ ਦਿਖਾਈ ਮੜਾ ਆ, ਤੇ ਉਹਦੇ ਲਿਫਟਾਂ ਲੱਗੀਆਂ ਨੇ, ਚਾਰ ਲਿਫਟਾਂ ਹੋਰ ਲੱਗੀਆਂ ਨੇ, ਹੈ ਨਾ, ਅਤੇ ਉੱਧਰ ਤੋਂ ਉੱਧਰ ਦਿਖਾਈ ਉੱਧਰ ਮਤਲਬ ਘੈਂਟ ਜਾ, ਉਹਦੇ ਲਿਫਟਾਂ ਵੀ ਬਾਹਲੀਆਂ ਤੇਜ਼ ਆ, ਮਤਲਬ ਮੈਂਟੀ ਮਾਰਦੀਆਂ ਨੇ, ਅਤੇ ਜਿਵੇਂ ਅਸੀਂ 14ਵੇਂ ਫਲੋਰ ਦੇ ਹਾਂ ਇਸ ਟਾਈਮ, ਇਹੋ ਜਿਹੇ ਪਤਾ ਨਹੀਂ 20-22 ਘੱਟ ਕਹਿ ਗਿਆ 30-32 ਫਲੋਰ ਰਹਿੰਦੇ ਬੜੇ ਆ ਯਾਰ, ਕਿੰਨਾ ਥੋੜ੍ਹਾ ਹੌਲੀ ਬੋਲ ਸਕਦੇ ਹਾਂ ਇੱਥੇ ਕਿਉਂਕਿ ਸਾਰੇ ਰੈਸਟ ਕਰ ਰਹੇ ਨੇ ਰੂਮਾਂ ਦੇ ਵਿੱਚ। ਹੁਣ ਤੁਸੀਂ ਦੇਖ ਸਕਦੇ ਹੋ ਆਹ ਪਿਛਲੇ ਪਾਸੇ ਇਹ ਸਾਰਾ ਜਿਹੜਾ ਹੋਟਲ ਆ ਨਾ, ਇਹ ਮਤਲਬ ਇਕੱਲਾ ਹੋਟਲ ਹੀ ਨਹੀਂ ਹੈਗਾ, ਮਤਲਬ ਸਾਰਾ ਇੱਕ ਤਰ੍ਹਾਂ ਦਾ ਮਾਲ ਆ, ਵੀ ਅਲੱਗ ਅਲੱਗ ਤਰ੍ਹਾਂ ਦੀਆਂ ਆਊਟਲੈਟਸ ਇੱਥੇ ਬਣੀਆਂ ਹੋਈਆਂ ਨੇ। ਹੁਣ ਮੈਂ ਦਿਖਾਉਂਦਾ, ਜਿਵੇਂ ਕਿ ਆਹ ਦੇਖੋ ਤੁਹਾਡੇ ਤੁਹਾਡੇ ਜਿਹੜੇ ਵੀ ਬ੍ਰਾਂਡਸ ਨੇ, ਹੈ ਨਾ, ਉਹ ਮੂਹਰੇ ਦੇਖੋ ਖਜ਼ਾਨਾ, ਇਧਰਲੇ ਪਾਸੇ ਰਿਸੈਪਸ਼ਨ, ਉਧਰਲੇ ਪਾਸੇ ਕੈਸ਼ੀਅਰ, ਇੱਦਾਂ ਦੇ ਮਤਲਬ ਸਾਰੇ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਆਊਟਲੈਟਸ ਨੇ। ਪਰ ਆਹ ਦੇਖੋ ਕਿੰਨਾ ਸੋਹਣਾ, ਇਹ ਹਰ ਦਿਨ ਚੇਂਜ ਕਰਦੇ ਆ, ਕੱਲ੍ਹ ਇੱਥੇ ਪਤਾ ਕੀ ਸੀਗਾ, ਰੋਜ਼ ਹੀ ਸੀਗੇ ਕੱਲ੍ਹ ਇੱਥੇ, ਮੈਂ ਦਿੱਤਾ ਸੀ ਧਿਆਨ, ਕੱਲ੍ਹ ਰੋਜ਼ ਸੀਗੇ, ਅੱਜ ਪਤਾ ਨਹੀਂ ਕਿਹੜੇ ਲੋਟਸ, ਕਿੰਨਾ ਘੈਂਟ ਸਾਰਾ ਕੁਛ ਦੇਖੋ, ਅਤੇ ਬਸ ਆਪਾਂ ਚੱਲਦੇ ਹਾਂ ਹੁਣ। ਹੁਣ ਦੇਖੋ ਆਸੇ ਪਾਸੇ ਜਿਹੜੇ ਸਾਰੇ ਬਣੇ ਨੇ ਨਾ, ਆਹ ਸਭ ਚੀਜ਼ਾਂ, ਇਹ ਸਾਰੇ ਆਊਟਲੈਟਸ ਨੇ, ਅਤੇ ਮਤਲਬ ਮੌਲ ਹੀ ਨੀਗਾ, ਨਾਲ ਬਾਹਲਾ ਕੁਛ ਆ, ਜਿਵੇਂ ਬਿਜ਼ਨਸ ਮੀਟਿੰਗ 'ਚ ਜਿਵੇਂ ਇੱਧਰਲੇ ਪਾਸੇ ਬਿਜ਼ਨਸ ਸੈਂਟਰ, ਪਤਾ ਨਹੀਂ ਕੀ ਕੁਛ ਯਾਰ ਉਹਨੇ ਬਣਾਇਆ ਹੋਇਆ ਇਹਨਾਂ ਨੇ। ਪਰ ਐਂ ਆ ਵੀ ਖਰਚਾ ਇੰਨਾ ਜ਼ਿਆਦਾ ਨਹੀਂ ਕੀਤਾ ਜਿੰਨਾ ਆਪਣੇ ਘਰ 'ਤੇ ਹੋ ਗਿਆ ਸੀ, ਉਹ ਮੈਂ ਤੁਹਾਨੂੰ ਪਤਾ ਅਮੀਰ ਬੰਦੇ ਹਾਂ, ਮੈਂ ਤਾਂ ਇੱਕ ਕਮਰੇ 'ਚ ਸਾਰਾ ਪੈਸਾ ਲਾਤਾ ਸੀ ਇੱਥੇ, ਜਿੰਨਾ ਪੂਰੇ ਮੌਲ 'ਚ ਲੱਗਿਆ ਹੋਇਆ ਨਾ, ਅਸੀਂ ਇਹਨਾਂ ਦਾ ਕਿਹੜਾ ਦਰਵਾਜ਼ਾ ਸੀ ਸਾਡਾ। ਇਹ ਆ ਬਾਈ ਜੀ ਉਹ ਹੋਟਲ ਜਿੱਥੇ ਆਪਾਂ ਰਵਾਂਗੇ ਅੱਜ ਪੂਰੇ 24 ਘੰਟਿਆਂ ਦੇ ਲਈ, ਇਹ ਤਾਂ ਬਾਹਰੋਂ ਹੀ ਆ, ਤੁਹਾਨੂੰ ਅੰਦਰੋਂ ਜਾ ਕੇ ਦਿਖਾਉਂਦੇ ਹਾਂ ਪ੍ਰੋਪਰ ਸਾਰਾ ਕੁਛ। ਲਿਫਟ ਵੀ ਪੂਰੀ ਲਗਜ਼ਰੀ ਬਣਾਈ ਹੋਈ ਹੈ, ਚਾਰੇ ਪਾਸੇ ਸ਼ੀਸ਼ੇ 'ਚ ਜਿਵੇਂ ਪੱਗ ਬੰਨ੍ਹਣੀ ਹੁੰਦੀ ਹੈ ਜਗਰਾਉਣ ਵਾਲੇ ਨੇ, ਅਤੇ ਬਸ ਹੁਣ ਆਪਾਂ ਪਹੁੰਚ ਚੁੱਕੇ ਆਪਣੇ ਫਲੋਰ 'ਤੇ, ਇੰਨੀ ਤੇਜ਼ੀ ਨਾਲ ਜਾਂਦੀ ਹੈ ਨਾ ਇਹ। ਹੁਣ ਤੁਹਾਨੂੰ ਮੈਂ ਦਿਖਾਉਂਦਾ ਵਾ ਰੂਮ ਕਿਹੋ ਜਿਹਾ ਵਾ, ਐਂਟਰੀ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਆਪਾਂ ਨੂੰ ਮਿਲਦੀ ਆ ਵਾਟਰੋਬ, ਅਤੇ ਵਿੱਚ ਆਉਂਦੇ ਆਹ ਸਭ ਚੀਜ਼ਾਂ ਹੁੰਦੀਆਂ ਨੇ, ਆਹ ਦੇਖੋ, ਅਤੇ ਹੈ ਨਾ ਆਹ ਸੇਫਟੀ ਲੋਕਰ ਲੋਕਰ ਪਤਾ ਨਹੀਂ ਕੀ ਆ, ਅਤੇ ਇੱਥੇ ਆਹ ਦਿੱਤਾ ਹੋਇਆ, ਇੱਥੇ ਆਪਾਂ ਆਪਦੇ ਕੱਪੜੇ ਵਗੈਰਾ ਰੱਖ ਸਕਦੇ ਹਾਂ ਆਰਾਮ ਨਾਲ, ਕਿਉਂਕਿ ਮੈਂ ਰੱਖਣੇ ਸੀ, ਮੈਂ ਰੱਖੇ ਨਹੀਂ, ਅਤੇ ਉਦੋਂ ਬਾਅਦ ਜਿਹਦੇ ਕਰਕੇ ਬਹੁਤ ਜ਼ਿਆਦਾ ਮਹਿੰਗਾ ਵਾ ਉਹ ਇਹ ਆ, ਆਹ ਦੇਖੋ ਹੋ ਹੋ ਹੋ, ਇੰਨਾ ਸੋਹਣਾ ਬਾਥਰੂਮ ਬਾਈ ਜੀ, ਬਹੁਤ ਜ਼ਿਆਦਾ ਘੈਂਟ ਲੱਗਿਆ ਮੈਨੂੰ ਤਾਂ, ਅਤੇ ਆ ਉਹੀ ਸ਼ੀਸ਼ਾ ਵਜੇ ਆਪਾਂ ਬਾਹਲੀ ਜੂਮ ਜਿਹੇ ਹੋ ਕੇ ਨਹੀਂ ਦੇਖਦੇ, ਫੈਂਸੀਆਂ ਪੂਰੀਆਂ ਕਲੀਅਰ ਦੇਖਦੀਆਂ ਨੇ ਉਹੀ ਵਾਲਾ ਯਾਰ ਇਹ, ਅਤੇ ਆਹ ਦੇਖੋ ਪੂਰਾ ਘੈਂਟ ਆ ਇੱਥੇ, ਅਤੇ ਆਹ ਲਾਈਟਿੰਗ ਜਗਾਉਣ ਵਾਲੀ ਆ ਨਾ, ਲਾਈਟਿੰਗ ਕਿੱਥੇ ਜਗੂਗੀ, ਆਹ ਦੇਖੋ ਇਹ, ਅੱਛਾ ਇੱਧਰ ਆ, ਓਕੇ ਓਕੇ, ਅੱਛਾ ਜਗ ਪੀਓ ਦੇ, ਚਲੋ ਤੁਸੀਂ ਤਾਂ ਦੇਖ ਸਕਦੇ ਹੋ ਆਹ ਸ਼ਾਵਰ ਲਈ ਅਲੱਗ ਬਣਿਆ ਹੋਇਆ, ਅਤੇ ਆਹ ਬਾਥਟਬ ਅਲੱਗ ਆ, ਅਤੇ ਇੱਥੇ ਆ ਮੈਂ ਹਾਂ, ਅਤੇ ਆਹ ਬਾਈ
ਬਾਥਰੂਮ ਜਿਹਦੇ ਨਾਲ ਬੰਦਾ ਥੋੜ੍ਹਾ ਜਿਹਾ ਮਹਿੰਗਾ ਲੱਗਦਾ ਅਤੇ ਬਸ ਇਹ ਪੈਸੇ ਦੇਖਿਆ ਮੈਂ 24 ਘੰਟੇ ਤੋਂ ਸੌਖੇ ਬਹੁਤ ਜ਼ਿਆਦਾ ਸੌਖੇ ਆ ਕਿਉਂਕਿ ਆਹ ਦੇਖੋ ਇੱਥੇ ਪਏ ਰਹੋ ਯਾਰ ਘੰਟਾ ਘੰਟਾ ਇੱਥੇ ਕੋਈ ਲੈਪਟੋਪ ਲੂਪਟੋਪ ਰੱਖ ਕੇ ਨਹੀਂ ਲੈਪਟੋਪ ਰੱਖਣ ਨੂੰ ਜਗ੍ਹਾ ਹੈ ਨਹੀਂ ਤੋ ਐਂ ਦੋ ਲੈਣ ਕੈਂਸਲ ਹੁਣ ਆਹ ਵੀ ਤੁਹਾਨੂੰ ਦਿਖਾ ਦੇਵਾਂ ਇੱਥੇ ਪੈਸੇ ਲੱਗ ਗਏ ਜਗ੍ਹਾ ਉਹ ਦੇਖੋ ਆਹ ਬਾਥਰੂਮ ਲੱਗ ਗਿਆ ਉਤਲੀ ਲੱਗ ਗਿਆ ਉਤਲੀ ਲੱਗ ਗਿਆ ਹੈ ਸਮਝ ਗਏ ਤੁਸੀਂ ਅਤੇ ਬਾਕੀ ਇੱਥੇ ਬਾਹਲਾ ਸਮਾਨ ਰੱਖਿਆ ਹੋਇਆ ਜਿਵੇਂ ਆਹ ਦੇਖੋ ਸ਼ਾਵਰ ਇਹ ਸ਼ਾਵਰ ਉਹ ਲਟਰੰਪ ਪਟਰੰਪ ਪਤਾ ਨਹੀਂ ਕੀ ਕੁਛ ਆ ਦੇਖੋ ਪਤਾ ਨਹੀਂ ਕਿਹੜੇ ਕਿਹੜੇ ਬੈਗ ਆ ਇਹ ਮਤਲਬ ਬਾਹਲਾ ਜ਼ਿਆਦਾ ਸਮਾਨ ਰੱਖਿਆ ਹੋਇਆ ਇੱਥੇ ਰੇਸਰ ਰੂਸਰ ਪਤਾ ਨਹੀਂ ਕੀ ਕੁਛ ਦਿੱਤਾ ਹੋਇਆ ਵੀ ਮੈਂ ਕਿਹੜਾ ਦਾੜੀ ਕੱਟਣੀ ਆਪਦੀ ਨਾ ਛੱਡੋ ਪਹਿਲਾਂ ਚਲੋ ਉਹਨੂੰ ਗੱਲਾਂ ਨੂੰ ਅਤੇ ਆਹ ਦੇਖੋ ਬਾਕੀ ਇਹ ਅਤੇ ਬਾਹਲਾ ਕੁਛ ਆ ਯਾਰ ਇੱਥੇ ਦਾ ਅਤੇ ਸਭ ਤੋਂ ਜਿਹੜੀ ਮੇਨ ਗੱਲ ਆ ਅਤੇ ਆਹ ਨਾ ਮੈਂ ਬਹੁਤ ਟਾਈਮ ਸੋਚ ਰਿਹਾ ਸੀਗਾ ਵੀ ਇੱਦਾਂ ਦਾ ਕੋਈ ਸ਼ੀਸ਼ਾ ਜਿਹਾ ਘਰੇ ਲਵਾਵਾਂ ਪਰ ਇੱਥੇ ਚਲੋ ਹੈਗਾ ਬਾਕੀ ਯਾਰ ਤੁਹਾਨੂੰ ਪਤਾ ਹੀ ਸਕਿਨ ਕੇਅਰ ਆਈਆਂ ਜੋ ਹੁੰਦੀਆਂ ਨੇ ਦੇ ਬਾਰੇ ਮੈਨੂੰ ਨਹੀਂ ਪਤਾ ਚੱਲਦਾ ਅਤੇ ਆਹ ਦੇਖੋ ਬਈ ਮੈਨੂੰ ਆਹ ਚੀਜ਼ਾਂ ਦੀਆਂ ਬਹੁਤ ਘੈਂਟ ਲੱਗਦੀਆਂ ਨੇ ਆਹ ਵਾਟਰ ਬੋਟਲਸ ਮੈਨੂੰ ਬਹੁਤ ਬੰਬ ਲੱਗੀਆਂ ਯਾਰ ਇਹਨਾਂ ਦੀਆਂ ਬੜਾ ਘੈਂਟ ਲੱਗਦਾ ਅਤੇ ਮਤਲਬ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਇੱਥੇ 20,000 ਰੁਪਏ ਦਿੱਤਾ ਇਹਨਾਂ ਨੂੰ ਅਸੀਂ ਇੱਕ ਦਿਨ ਦਾ ਠੀਕ ਆ ਨਾ ਅਤੇ ਆਹ ਘੜੀ ਪਈ ਮੇਰੀ ਅੱਛਾ ਇੱਥੇ ਵੀ ਸਭ ਚੀਜ਼ਾਂ ਨੇ ਸੇਵ ਵਾਟਰ ਅੱਛਾ ਨਾ ਪੀ ਇਹੀ ਮਰਦੀ ਹੈ ਭੁੱਖੇ ਅੱਛਾ ਇੱਥੇ ਬਾਕੀ ਖਾਲੀ ਹੈ ਸਾਰਾ ਕੁਛ ਅਤੇ ਆਹ ਤਾਜ ਜਿਹੜੀ ਇਹਨਾਂ ਦੀ ਉਹ ਆ ਨਾ ਬੁੱਕ ਦੀ ਇੱਥੋਂ ਆਪਾਂ ਹੁਣ ਚੀਜ਼ਾਂ ਔਡਰ ਕਰਦੇ ਹਾਂ ਅਤੇ ਹੁਣ ਮੈਂ ਸਭ ਤੋਂ ਪਹਿਲਾਂ ਤਾਂ ਔਡਰ ਕਰੂੰਗਾ ਤੁਸੀਂ ਪਹਿਲਾਂ ਰੇਟ ਦੇਖ ਲਓ ਇਹਦੇ ਤੁਹਾਨੂੰ ਰੇਟਾਂ ਦਾ ਬੜਾ ਸ਼ੌਂਕ ਹੁੰਦਾ ਨਾ ਵੀ ਰੇਟ ਦੇਖੀਏ ਕਿੰਨੇ ਕਿੰਨੇ ਹੁੰਦੇ ਆ ਦੇਖ ਲਓ ਹੁਣ ਮੈਂ ਆਹ ਔਡਰ ਕਰੂੰਗਾ ਹਾਫ ਚਿਕਨ ਇਹ ਹੈਗਾ 1500 ਕਿੰਨੇ ਦਾ 75 ਰੁਪਏ ਦਾ ਅਤੇ ਉਸ ਤੋਂ ਬਾਅਦ ਅਤੇ ਨੋਨ ਵੈਜ ਉਹ ਖਾਂਦੇ ਨਹੀਂ ਹੈ ਨਾ ਤਾਂ ਕਰਕੇ ਮੈਂ ਉਹਨਾਂ ਲਈ ਕਰੂੰਗਾ ਕਿੱਥੇ ਆ ਆਹ ਆਹ ਇਹ ਹੈਗਾ ਇੰਨੇ ਦਾ ਛੋਟਾ ਜਿਹਾ ਕੇਕ ਆ ਇਹ ਆਪਣੇ ਦੇਖੋ 900 ਦਾ ਐਡਾ ਵੱਡਾ ਕੇਕ ਆ ਜਾਂਦਾ ਆਪਾਂ ਫਿਰ ਵੀ ਕਦਰ ਨਹੀਂ ਕਰਦੇ ਉਹਦੀ ਮੂੰਹ 'ਤੇ ਸੁੱਟ ਦਿੰਦੇ ਹਾਂ ਲੋਕਾਂ ਦੇ ਬਾਕੀ ਆਹ ਲੈਫਟ ਲੂਟੋ ਮੈਂ ਇੱਥੇ ਰੱਖਿਆ ਹੋਇਆ ਆਹੋ ਹੀ ਚੱਪਲਾਂ ਹੀ ਆ ਅਤੇ ਜਿਹੜੀ ਆਹ ਚੀਜ਼ ਤੁਹਾਨੂੰ ਮੈਂ ਦਿਖਾਈ ਦਿੱਤੀ ਸੀਗੀ ਐਂਟਰੈਂਸ ਪੂਰੀ ਤਕੜੀ ਜੀ ਐਂਟਰੈਂਸ ਕਹੀ ਜਾਂਦਾ ਉਹ ਸਿਸਟਮ ਜਿਹਾ ਅਤੇ ਬਾਕੀ ਇੱਥੇ ਯਾਰ ਬਹੁਤ ਘੈਂਟ ਮੈਨੂੰ ਲੱਗਦਾ ਆ ਲੈਂਪ ਅਤੇ ਆਹ ਚੀਜ਼ ਦੇਖੋ ਤੁਸੀਂ ਜਿਹਦਾ ਮੁੱਲ ਆ ਉੱਤੇ ਪਾਸੇ ਬਿਲਡਿੰਗਾਂ ਅਤੇ ਉੱਧਰਲੇ ਪਾਸੇ ਇੰਨਾ ਘੈਂਟ ਨੇਚਰ ਦਾ ਨਜ਼ਾਰਾ ਨਾ ਮੈਂ ਤਾਂ ਬਹੁਤ ਟਾਈਮ ਇੱਥੇ ਬੈਠਾ ਰਹਿੰਦਾ ਇੱਥੇ ਬਹਿ ਕੇ ਹੀ ਟਾਈਮ ਪਾਸ ਆਰਾਮ ਨਾਲ ਹੋ ਜਾਂਦਾ ਅਤੇ ਚਲੋ ਯਾਰ ਹੁਣ ਆਪਾਂ ਮੀਲ ਜਿਹੜੀ ਮੰਗਾਈ ਆ ਉਹਨੂੰ ਇੰਜੋਏ ਕਰਦੇ ਹਾਂ ਵੇਟ ਕਰਦੇ ਹਾਂ ਬਸ ਉਹ ਆ ਜਾਵੇ ਹੁਣ ਬਾਈ ਜੀ ਆਪਣੀ ਮੀਲ ਆ ਚੁੱਕੀ ਆ ਜੋ ਵੀ ਹੁੰਦਾ ਇਹ ਤੁਸੀਂ ਦੇਖੋ ਦੇ ਕੋਲ ਜਾ ਕੇ ਦਿਖਾ ਦਿਉ 1500 ₹1550 ਦਾ ਆਪਾਂ ਨੂੰ ਇਹ ਮਿਲਿਆ ਜਾਂ ਚਮਚਿਆਂ ਦਾ ਹੀ ਮੁੱਲ ਆ ਯਾਰ ਮੇਰੇ ਖਿਆਲ ਨਾਲ ਤਾਂ ਹਨਾ ਹੁਣ ਆਪਾਂ ਟਰਾਈ ਕਰ ਲੈਂਦੇ ਨਾਲ ਆਪਾਂ ਨੂੰ ਮਿਲਿਆ ਤਾਂ ਦੇਖ ਸਕਦੇ ਹੋ ਤੁਸੀਂ ਆਹ ਬਟਰ ਥੋੜ੍ਹਾ ਜਿਹਾ ਅਤੇ ਆਹ ਪਤਾ ਨਹੀਂ ਕਿਹੜੀ ਸੋਸ ਪੈਪਰ ਸੋਸ ਅਤੇ ਨਾਲ ਆਹ ਕਿਤੇ ਤਾਹ ਦੇਖ ਲਈ ਹੈ ਨਾ ਆ ਜਾਓ ਦਿਖਾ ਦਿਓ ਨਾਲ ਆਹ ਚਟਨੀ ਦਿੱਤੀ ਆ ਓਕੇ ਓਕੇ ਚਲੋ ਹੁਣ ਆਪਾਂ ਟਰਾਈ ਕਰ ਲੈਂਦੇ ਹਾਂ ਬਾਈ ਜੀ ਮੀਰਾਂ ਵਾਲਾ ਖਾਣਾ ਥੋੜ੍ਹਾ ਜਿਹਾ ਹਨਾ ਅਤੇ ਆਹ ਜੀ ਸੋਸ ਇਹਨੂੰ ਕਿੱਥੇ ਪਾਈਏ ਗਰੀਬਾਂ ਵਾਲੀ ਹਰਕਤ ਕਰ ਦਈਏ ਫਿਰ ਅਤੇ ਆਹ ਕਰਤੀ ਕਿੱਦਾਂ ਹੋਊ ਇਹ ਅੱਛਾ ਇੱਦਾਂ ਹੁੰਦਾ ਹੈ ਇਹ ਬਾਈ ਪਤਾ ਨਹੀਂ ਇੰਨਾ ਯਾਰ ਗਰੀਬ ਥੋੜ੍ਹੇ ਜਿਹੇ ਹੈ ਨਾ ਆਹ ਨਾਲ ਵੀ ਘੁੰਮ ਲਿਆ ਯਾਰ ਮੈਂ ਦੇਖਿਆ ਹੀ ਨਹੀਂ ਆਹ ਕੀ ਆ ਕੀ ਆ ਇਹ ਨਾਲ ਬ੍ਰੈਡ ਜੀ ਵੀ ਦਿੱਤੇ ਆ ਆਹ ਹਾਲੇ ਇੱਕ ਆਹ ਇੱਕ ਆਹ ਇਹਨਾਂ ਲਈ ਮੱਖਣ ਆ ਹੈ ਨਾ ਆਪਾਂ ਪਲੇਨ 'ਚ ਵੀ ਮਿਲੇ ਸੀ ਨਾ ਅਤੇ ਉਹੀ ਆ ਬਸ ਹੁਣ ਆਪਾਂ ਨੂੰ ਟਰਾਈ ਕਰ ਲੈਂਦੇ ਹਾਂ ਤਾਂ ਬਾਈ ਠੰਡੇ ਜਿਹੇ ਹੋ ਗਏ ਹੈ ਨਾ ਠੰਡੇ ਜਿਹੇ ਆਏ ਆ ਮੇਰੇ ਖਿਆਲ ਨਾਲ ਇਹ ਹੁਣ ਟਰਾਈ ਕਰ ਰਹੇ ਨਾ ਸਵਾਦ ਹੋਇਆ ਕਿ ਬਸ ਉੱਦਾਂ ਹੀ ਸਾਡੇ ਤੋਂ 1500 ਰੁਪਇਆ ਲੈ ਲਿਆ ਇਹਨਾਂ ਨੇ ਆਹ ਲੈ ਲਿਆ ਨਾਲ ਪੁੱਤਰੀ ਬੇਕਾਰ 1500 ਦੇ ਹਿਸਾਬ ਨਾਲ ਬਿਲਕੁਲ ਵੀ ਨਹੀਂ ਵਧੀਆ ਇਹ ਮਤਲਬ ਤੁਸੀਂ ਆਹ ਦੇ ਸਕਦੇ ਹੋ ਅਤੇ ਆਹ ਕੇਕ ਆ ਜਿਹੜਾ ਸੀਗਾ 1000 ਰੁਪਏ ਦਾ ਕੇਕ ਤਾਂ ਇੱਦਾਂ ਬਾਈ ਜੀ
ਬਤੀਤ ਹੋ ਰਿਹਾ ਆਪਣਾ ਦਿਨ। ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਵਰਤ ਹੈ 1500 ਰੁਪਏ ਦਾ ਜਾਂ ਫਿਰ ਨਹੀਂ, 1600 ਰੁਪਏ ਦਾ ਇਹ ਦੱਸੋ ਵਰਤ ਹੈ ਜਾਂ ਫਿਰ ਨਹੀਂ, ਕਮੈਂਟ ਕਰੋ। ਹੁਣ ਆਪਾਂ ਹੋਰ ਪਾਸੇ ਜਾਵਾਂਗੇ ਪੂਰੇ ਘੈਂਟ ਘੈਂਟ ਹੋਟਲ, ਕਿਉਂਕਿ ਇਹਦਾ ਇੰਨਾ ਕੁ ਨਹੀਂ ਹੈਗਾ, ਬਹੁਤ ਵੱਡਾ ਹੋਟਲ ਹੈ, ਸਵੀਮਿੰਗ ਪੂਲ ਵਗੈਰਾ ਵਿੱਚ ਵੀ ਜਾਵਾਂਗੇ, ਤਾਂ ਪੂਰਾ ਦੇਖੀ ਚਲੋ ਤੁਸੀਂ ਇਹ ਚੈਲੇਂਜ ਨੂੰ। ਇੰਨਾ ਜ਼ਿਆਦਾ ਬੇਕਾਰ ਆ ਨਾ ਇਹ, ਆਹ ਜਿਵੇਂ ਬਹੁਤ ਦਿਨਾਂ ਦੀ ਪਈ ਹੁੰਦੀ ਆ ਬਰਗਰ ਕਿੰਗ ਤੋਂ ਬਰਗਰ ਮੰਗਾਇਆ, ਇਹ ਤੋਂ ਜ਼ਿਆਦਾ ਘੈਂਟ ਲੱਗ ਰਿਹਾ ਸਾਨੂੰ, ਇਹ ਤਾਂ ਬਿਲਕੁਲ ਯਾਰ ਖਰਾਬ ਆ ਪ੍ਰਾਈਸ। ਜਿਵੇਂ ਬਹੁਤ ਦਿਨਾਂ ਦਾ ਮੁਰਗਾ ਮਰਿਆ ਨਹੀਂ ਹੁੰਦਾ ਉਹ ਖਵਾ, ਤਾਂ ਐਂ ਲੱਗਦਾ, ਅਤੇ ਇੰਨੀ ਗੰਦੀ ਸਮੈਲ ਆਉਂਦੀ ਆ ਨਾ, ਕੀ ਦੱਸੀਏ ਤੁਹਾਨੂੰ। ਇਹ ਬਰਗਰ ਮੈਨੂੰ ਸਿਰਫ 100 ਰੁਪਏ ਦਾ ਪਿਆ, ਅਤੇ ਇੰਨਾ ਜ਼ਿਆਦਾ ਸਵਾਦ ਆ ਨਾ ਇਹ, ਜਿੰਨਾ ਵੀ ਤੁਸੀਂ ਕਹਿ ਦਿਓ, ਅਤੇ ਉਹ 1600 ਰੁਪਏ ਦਾ ਚਿਕਨ ਇੰਨਾ ਗੰਦਾ, ਇੰਨੀ ਸਮੈਲ, ਜਿੰਨੀ ਤੁਸੀਂ ਗੰਦੀ ਸਮੈਲ ਸੋਚ ਸਕਦੇ ਹੋ ਨਾ ਆਪਦੇ ਮਨ 'ਚ, ਸੋਚ ਲਓ ਇਹਦੇ ਵਿੱਚੋਂ ਆ ਰਹੀ ਆ ਉਹ, ਆਹ ਤਾਂ ਬਹੁਤ ਜ਼ਿਆਦਾ ਸਵਾਦ ਆ ਉਹ 100 ਰੁਪਏ ਦਾ। ਬਈ 1000 ਰੁਪਏ ਦਾ ਜਿਹੜਾ ਇਹ ਕੇਕ ਆ ਨਾ, ਇਹ ਮਾੜਾ ਮੋਟਾ ਮੈਨੂੰ ਸਵਾਦ ਲੱਗਿਆ, ਨਹੀਂ ਤਾਂ ਜੋ ਵੀ ਮੰਗਾਇਆ ਨਾ ਬਸ ਉਹ ਢੱਠੇ ਖੂਹ 'ਚ ਗਿਆ, ਪਹਿਲਾਂ ਪੂੜੀਆਂ ਵਾਲੀ ਹੋ ਗਈ, ਬਸ ਮਤਲਬ ਬਹੁਤ ਬੇਕਾਰ ਸੀ, ਇਹੀ ਵਧੀਆ ਬਸ। ਇਹ ਆਹ ਦੇਖੋ, ਇਹੀ ਇੱਕ ਮੈਨੂੰ ਸਵਾਦ ਲੱਗੀ ਜੀ ਇਹਨਾਂ ਦੀ। ਪਰ 1000 ਰੁਪਈਆ ਵੀ ਤਾਂ ਲੈਂਦੇ ਆ ਨਾ ਇੱਕ ਪੀਸ ਦਾ, ਇਹ ਵੀ ਦੇਖੋ ਨਾ, ਪਰ ਚੋਕਲੇਟ ਇੰਨੀ ਜ਼ਿਆਦਾ ਰਿਚ ਜੀ ਆ ਨਾ, ਪਿਓਰ ਜੀ ਸਵਾਦ ਆ ਗਿਆ। ਬਾਈ ਜੀ ਹੁਣ ਆਪਾਂ ਖਾਣਾ ਪੀਣਾ ਚਲੋ ਬਾਈ ਕਰ ਲਿਆ ਹੋਇਆ, ਪਰ ਚੱਕਰ ਇਹ ਸੀਗਾ ਇਹਦਾ ਖਾਣਾ ਮੈਨੂੰ ਬਿਲਕੁਲ ਨਹੀਂ ਪਸੰਦ ਆ, ਸਿਰਫ ਕੇਕ ਤੋਂ ਇਲਾਵਾ ਬਾਕੀ ਔਨਲਾਈਨ ਹੀ ਖਾ ਲਿਆ, ਔਨਲਾਈਨ ਮੰਗਾ ਕੇ ਖਾ ਲਿਆ ਸੀਗਾ। ਅਤੇ ਹੁਣ ਫਟਾਫਟ ਚੱਲਦੇ ਹਾਂ, ਪੂਰੇ ਤੁਹਾਨੂੰ ਹੋਟਲ ਦਾ ਟੂਰ ਦਿਖਾਉਂਦੇ ਹਾਂ, ਉਹਦੇ ਕੀ ਕੁਛ ਆ ਕੀ ਨਹੀਂ, ਚਲੋ ਚੱਲੀਏ। ਆਹ ਦੇਖੋ ਆਹ ਏਰੀਆ ਇੱਥੋਂ ਦਾ, ਇਹ ਵੇਚਣ ਵਾਲੇ ਆ? ਨਹੀਂ ਨਹੀਂ ਇਹ ਵੈਸੇ ਹੀ ਆ, ਵੈਸੇ ਹੀ ਆ, ਨਹੀਂ ਰੇਲ ਆ ਇਹ, ਰੇਲ ਆ ਜੀ। ਅਤੇ ਬਸ ਤੁਸੀਂ ਆਹ ਦੇਖੋ ਕਿੰਨਾ ਘੈਂਟ ਏਰੀਆ ਇੱਧਰਲੇ ਪਾਸੇ, ਅਤੇ ਅੱਜ ਹੋਲੀ ਦਾ ਵੀ ਕੋਈ ਸੈਲੀਬ੍ਰੇਸ਼ਨ ਸੀਗੀ ਇੱਥੇ, ਉੱਪਰਲੇ ਪਾਸੇ ਬੜੇ ਬੜੇ ਯਾਰ ਇੱਥੇ ਨਾ ਸਿਸਟਮ ਬਣੇ ਹੋਏ ਆ, ਅਲੱਗ ਆ ਉਹ, ਅਲੱਗ ਆ ਆਊਟਲੈਟਸ ਹੀ ਖੁੱਲ੍ਹੇ ਹੋਏ ਆ ਵੇਚਣ ਦੇ। ਆਹ ਪਿਆਨੋ ਵੀ ਪਿਆ, ਉਹ ਯਾਰ ਸਪੈਸ਼ਲ ਮੇਰੇ ਵਰਗੇ ਕਲਾਕਾਰਾਂ ਲਈ ਲੈ ਕੇ ਆਏ ਆ ਇਹ, ਨਹੀਂ ਨਹੀਂ ਸੇਮ ਹੀ ਆ ਸਵੇਰ ਵਾਲਾ। ਆਹ ਲੈਂਪ ਨਵੇਂ ਰੱਖਦੇ ਇੱਥੇ ਦੇਖੋ ਨਾ, ਇਹ ਸਭ ਚੀਜ਼ਾਂ ਕਰਦੇ ਹੀ ਰਹਿੰਦੇ ਆ ਨਵੀਆਂ ਨਵੀਆਂ। ਅਤੇ ਸਾਹਮਣੇ ਜਿਹੜੀ ਆਂਟੀ ਆ ਉਹ ਗਾਣਾ ਗਾ ਰਹੇ ਆ, ਅਤੇ ਹੋਰ ਮੈਂ ਕੀ ਕਹਾਂ। ਆਹ ਦੇਖੋ ਆਪਾਂ ਹੁਣ ਦੂਜੇ ਪਾਸੇ ਚੱਲਦੇ ਹਾਂ ਹੋਟਲ ਦੇ, ਲੈਫਟ ਦੇਖੋ ਹੈਂ। ਹੁਣ ਆਪਾਂ ਆ ਚੁੱਕੇ ਹਾਂ ਇਹਦੇ, ਮੈਨੂੰ ਨਾਂ ਨਹੀਂ ਕਿ ਲੋਬੀ ਕਹਿੰਦੇ, ਲੋਬੀ ਲੋਬੀ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ, ਦਿਖਾ ਦਿਓ ਬੜਾ ਕੈਮਰਾ ਮੈਨ ਕਿਹੜਾ ਲੱਗਦਾ ਬਾਜ ਇੱਧਰ ਆ ਜਾਓ ਹੁਣ, ਬਹੁਤ ਡੀਜੇ ਬਾਹਰ ਆ ਅੱਗੇ ਆ। ਇੱਥੇ ਆਪਾਂ ਨੂੰ ਇਹ ਸਭ ਚੀਜ਼ਾਂ ਵੀ ਆਮ ਦੇਖਣ ਨੂੰ ਮਿਲਦੀਆਂ ਨੇ, ਓਕੇ ਮੋਕ ਸਮੋਕ ਲੈ ਕੇ ਆਉਣਗੇ, ਹੁਣ ਦੇਖਦੇ ਹਾਂ ਕੀ ਕਰਦੇ ਆ ਨਾ। ਵਾਹ ਜੀ ਵਾਹ, ਦੇਖੀ ਚੱਲਿਓ ਭਗਤੋ, ਇਹ ਆ ਕੀ ਕੀ ਕਰ ਰਹੇ ਆ, ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ।
ਦਿਸ ਇਜ਼ ਐਵੇਂ ਹੀ ਹੈ, ਦਿਸ ਇਜ਼ ਕਾਲਡ ਸ਼ੋਸ਼ੇਬਾਜ਼ੀ, ਹੈ ਨਾ, ਹੈ ਨਾ, ਇਸ ਦੈਟ ਸ਼ੋਸ਼ੇਬਾਜ਼ੀ ਔਰ ਗੁੱਡ ਟੈਲ ਇਨ ਦੀ ਕੋਮੈਂਟਸ। ਵੱਡੀ ਥਾਂ ਜਾ ਕੇ ਅੰਗਰੇਜ਼ੀ ਆਪਣੇ ਆਪ ਨਿਕਲਦੀ ਆ, ਜਦੋਂ ਬਾਹਲੀ ਤੇਜ਼ ਬੋਲਦੇ ਨਾ ਫਿਰ ਕੰਮ ਮਰ ਜਾਂਦਾ। ਕੱਲ੍ਹ ਵੀ ਇੱਦੀ ਹੋਇਆ, ਰਿਸੈਪਸ਼ਨਿਸਟ ਨੇ ਬਹੁਤ ਤੇਜ਼ ਅੰਗਰੇਜ਼ੀ ਬੋਲੀ, ਪਹਿਲਾਂ ਮੈਂ ਵੀ ਬੋਲੀ ਗਿਆ, ਫਿਰ ਉਹਨੇ ਇਹੋ ਜਿਹਾ ਵਕੈਬ ਜਿਹਾ ਬੋਲਿਆ ਨਾ, ਮੇਰਾ ਕੰਮ ਜਿਹਾ ਖਤਮ ਹੋ ਗਿਆ ਉੱਥੇ ਹੀ। ਮੈਂ ਕਿਹਾ ਵੀ ਆਈ ਐਮ ਵੀਕ ਇਨ ਵਕੈਬਸ, ਫਿਰ ਉਹ ਕਹਿੰਦੀ ਫਿਰ ਉਹ ਹਿੰਦੀ 'ਚ ਆ ਗਈ, ਮੈਂ ਕਿਹਾ ਪਹਿਲਾਂ ਹੀ ਆ ਜਾਂਦੀ। ਹੁਣ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਇਹ ਜਿਹੜਾ ਇਹ ਗਾਰਡਨ ਏਰੀਆ ਬਣਿਆ ਹੋਇਆ, ਅਤੇ ਨਾ ਤੀਜੀ ਫਲੋਰ ਦੇ ਉੱਪਰ ਆ, ਤੁਸੀਂ ਬਾਕੀ ਉੱਪਰ ਦਿਖਾਇਓ ਪੁੱਤ, ਉੱਪਰ ਉਹ ਦੇਖੋ ਕਿੰਨਾ ਉੱਚਾ, ਹੈ ਨਾ, ਆਪਣੀ ਜਿਹੜੀ ਆਪਣਾ ਜਿਹੜਾ ਫਲੋਰ ਆ ਨਾ ਉੱਪਰ ਰੂਮ ਵਾਲਾ, ਉਹ ਹੈਗਾ ਵਾ 14th floor, 14 ਤਾਂ ਇੰਨੀ ਉੱਚੀ ਆ, ਤੁਸੀਂ ਆਹ ਦੇਖ ਸਕਦੇ ਹੋ ਇੰਨਾ ਘੈਂਟ ਬਣਿਆ। ਉਹਦੇ ਭਾਈ ਹੋਲੀ ਦੀ ਉਹ ਹੋ ਰਹੀ ਸੈਲੀਬ੍ਰੇਸ਼ਨ, ਮਤਲਬ ਐਂ ਨਹੀਂ ਜਿਹੜੀ 20,000 ਰੁਪਏ ਦੇ ਵਿੱਚ ਇੱਕ ਸਿਰਫ ਕਮਰਾ ਹੀ ਆ, ਬਹੁਤ ਵੱਡਾ ਐਕਸਪੀਰੀਅੰਸ ਹੁੰਦਾ ਯਾਰ। ਹੁਣ ਆਪਾਂ ਆ ਚੁੱਕੇ ਹਾਂ ਬਾਈ ਜੀ ਹੋਟਲ ਦੇ ਪੂਲ ਏਰੀਆ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਮਤਲਬ 24 ਘੰਟੇ ਕੀ ਬੰਦਾ ਪੂਰੀ ਜ਼ਿੰਦਗੀ ਕੱਟ ਲੂਗਾ ਇਹੋ ਜਿਹਾ ਹੋਟਲ ਹੋਵੇ ਤਾਂ। ਹੁਣ ਇੰਨੀ ਇੱਥੇ ਗਰਮੀ ਆ ਨਾ ਬੰਬੇ ਦੇ ਵਿੱਚ, ਅਤੇ ਮੈਂ ਚੋਟ ਚੋਟ ਵਿੱਚ ਆ ਬ੍ਰਾਂਡਡ ਸ਼ਰਟ ਲਿਆ ਤਾਂ ਲਈ ਆ, ਮੈਂ ਮਤਲਬ ਲੱਗਿਆ ਜੀ ਬੜੀ ਘੈਂਟ ਦੀ ਹੋਊਗੀ, ਪਰ ਗਰਮੀ ਬਹੁਤ ਆ ਰਹੀ ਹੈ, ਮੇਰਾ ਦਿਲ ਕਰ ਰਿਹਾ ਵੀ ਮੈਂ ਛਾਲ ਮਾਰ ਦੇਵਾਂ, ਪਰ ਮਾਰ ਨਹੀਂ ਸਕਦਾ ਕਿਉਂਕਿ ਕੱਪੜੇ ਲੀੜੇ ਨਹੀਂ ਹੈਗੇ ਗੇ, ਅਤੇ ਵੀ ਨਹੀਂ ਪਤਾ ਕੋਈ ਯਾਰ ਚੇਂਜਿੰਗ ਰੂਮ ਵਗੈਰਾ ਹੈ ਜਾਂ ਫਿਰ ਨਹੀਂ। ਅਤੇ ਪਰ ਇੱਦਾਂ ਬੜਾ ਸੋਹਣਾ ਆ ਦੇਖੋ, ਅਤੇ ਮੈਂ ਇੱਥੇ ਆਰਾਮ ਨਾਲ ਪੈ ਸਕਦਾ ਵੇਖੀਏ। अब इतनी रात को कर भी क्या सकता हूँ, एक काम करता हूँ सो जाता हूँ। बड़ा हची सुकून जहा हुआ इतने यार, मतलब उधर पर दिखाओ जी, उधर पास ओ हां ओ बिल्डिंग सारी इतनी सोहनी, सोहना मुंडे ने भी दिखा दो, सोहने मुंडे पे फोकस हो चुके आ, इतने पास सोहना सोहना मुंडा, उधर पास सोहना ट्री भी दिखा दो, सोहने ट्री पूल भी बट आज उधर आ जा। हां जी ਬਾਬਾ ਜੀ ਇਸ ਚੀਜ਼ ਦਾ ਹੀ ਇੱਥੇ ਯਾਰ ਮੁੱਲ ਆ ਵੈਸੇ ਦੇਖਿਆ ਜਾਵੇ ਤਾਂ, ਨਹੀਂ ਤਾਂ ਹੋਟਲ ਤਾਂ ਹਜ਼ਾਰ ਵਾਲੇ ਵੀ ਮਿਲ ਜਾਂਦੇ ਆ। ਪਹਿਲੀ ਵਾਰੀ ਆਏ ਹਾਂ ਇੱਥੇ, ਐਕਸਪੀਰੀਅੰਸ ਬਹੁਤ ਤਗੜਾ, ਅੱਗੇ ਦੇਖਦੇ ਹਾਂ ਹੁਣ ਜਾ ਕੇ। ਬਾਈ ਜੀ ਹੋਟਲ ਸ਼ੋਪ ਨੂੰ ਬਹੁਤ ਟਾਈਮ ਹੋ ਚੁੱਕਿਆ ਇੱਥੇ, ਅਤੇ ਹੁਣ ਫੇਵਰੇਟ ਕੰਮ ਜਿਹੜਾ ਹੁੰਦਾ ਪੰਜਤਾਰਾ ਵਿੱਚ, ਪਹਿਲਾਂ ਤਾਂ ਬਾਈ ਆਹ ਹੁੰਦਾ ਸ਼ਾਵਰ, ਪਰ ਫਿਰ ਵੀ ਆਪਾਂ ਕਿਆ ਮਜ਼ਾ ਆ ਰਿਹਾ ਮੇਰੇ ਵੀਰੋ, ਲਾਸਟ ਟਾਈਮ ਏਦਾਂ ਹੈ ਨਾ ਬਾਥ ਟੱਬ ਵਿੱਚ ਮੈਂ ਬਹੁਤ ਟਾਈਮ ਪਹਿਲਾਂ ਨਹਾਤਾ ਸੀਗਾ, ਮਤਲਬ ਜਿਹੜਾ ਮੈਂ ਗੋਆ ਜਾਣਾ ਸੀ ਉਦੋਂ, ਉਦੋਂ ਬਾਅਦ ਅੱਜ ਨਹਾਉਣ ਲੱਗਾ ਅਤੇ ਬਹੁਤ ਮਜ਼ਾ ਆ ਰਿਹਾ ਬਾਈ। ਜੀ ਕਰਦਾ ਨਾ ਇੱਥੇ ਸੋ ਦਈਏ, ਪਰ ਜੇ ਸੋ ਗਏ ਤਾਂ ਸਵੇਰ ਤੱਕ ਚੰਗੀ ਤਰ੍ਹਾਂ ਹੀ ਸੁੱਤਾ ਜਾਣਾ, ਹੈ ਨਾ, ਤਾਂ ਕਰਕੇ ਆਪਾਂ ਰਹਿ ਨਹੀਂ ਦਈਏ ਸੋਣ ਨੂੰ, ਅਤੇ ਉਰੇ ਆਪਾਂ ਇੱਦਾਂ ਪੈ ਵੀ ਸਕਦੇ ਹਾਂ, ਅਤੇ ਸਾਬਣ ਵੀ ਦਿੱਤੀ ਹੋਈ ਆ ਉਰੇ ਇਹਨਾਂ ਨੇ, ਅਰੇ ਲਗਜ਼ਰੀ ਪੁਰਾਣੀ ਕਿਹੜੀ ਲਗਜ਼ਰੀ ਸਾਬਣ ਦਿੱਤੀ ਹੋਈ ਆ ਇਹਨਾਂ ਨੇ, ਆ ਆ ਜਾਂਦੀ ਆਪਦੀ ਕੋਈ ਸਾਬਣ ਆਏ ਤੇ ਗੁੱਤਾ ਕਰੋ ਜੀ ਬੈਂਦ ਹੋ ਜਾ ਕੀ ਫਾਇਦਾ, ਹੈ ਨਾ। ਹੁਣ ਬਸ ਆਏ ਹੋਏ ਆ ਬੰਬੇ ਦੀਆਂ ਸੜਕਾਂ ਤੇ ਬਿਲਡਿੰਗਾਂ ਦੇ ਵਿੱਚ ਮੇਰੇ ਵੀਰੇ, ਉਹ ਸ਼ੇਕ ਇੰਜੋਏ ਹੋ ਰਿਹਾ ਹੈ, ਪੱਗ ਨਾਲ ਮੈਚ ਕਰ ਰਿਹਾ ਹੈ ਹੈ। ਤੇ ਇੱਥੇ ਨਾ ਯਾਰ ਮੈਂ ਨਾ ਗੋਲਗੱਪੇ ਖਾਦੇ, ਉਹ ਬਹੁਤ ਯੂਨੀਕ ਤਰ੍ਹਾਂ ਦੇ ਸੀਗੇ, ਜਿਵੇਂ ਉਹ ਗੋਲਗੱਪਿਆਂ ਨੂੰ ਕਹਿੰਦੇ ਸੀਗੇ ਰਗੜਾ ਗੋਲਗੱਪਾ, ਜਿਹੜਾ ਰਗੜਾ ਹੁੰਦਾ ਨਾ ਉਹ ਛੋਲੇ ਛੂਲੇ ਆਪਣਾ ਆਲੂ ਨੂੰ ਨਾ ਜਿਵੇਂ ਫਿਉਂ ਕੇ ਜੇ ਗਰਮ ਕਰਕੇ ਬਣਾਇਆ ਜਾਂਦਾ, ਫਿਰ ਰਗੜਾ ਪਾ ਦਿੰਦੇ, ਰਗੜਾ ਦੂਜਾ ਨਹੀਂ ਕਹਿੰਦਾ ਮੈਂ, ਉਹਦਾ ਹੁੰਦਾ ਆਪਣਾ ਘੋਟਣਾ, ਉਹ ਨਹੀਂ ਭੰਗ ਦਾ ਨਹੀਂ, ਦੂਜਾ ਰਗੜਾ ਉਹ ਸਬਜ਼ੀਆਂ ਦਾ ਹੁੰਦਾ, ਉਹਨੂੰ ਗੋਲਗੱਪੇ ਵਿੱਚ ਪਾ ਕੇ ਹੈ ਦਾਲਾਂ ਦਾ, ਹਾਂ, ਗਰਮ ਕਰਕੇ ਉਹਨੂੰ ਗੋਲਗੱਪੇ ਵਿੱਚ ਪਾ ਕੇ ਫਿਰ ਵਿੱਚ ਪਾਣੀ ਪਾ ਕੇ ਫਿਰ ਖਵਾਉਂਦੇ ਆ ਉਹ, ਅਤੇ ਉਹ ਮੈਨੂੰ ਬੜਾ ਹੋ ਹੀ ਲੱਗਿਆ, ਇੰਨੀ ਮਿਰਚ ਹੁੰਦੀ ਆ ਨਾ ਵਿੱਚ, ਅਤੇ ਮੈਂ ਆਹ ਪੀਣ ਲੱਗਾ ਉਦੋਂ ਬਾਅਦ।
ਹੁੰਦਾ ਵੀ ਗਰਮ ਆ, ਹਲਕਾ ਹਲਕਾ ਗਰਮ ਗੋਲ ਗੱਪਾ ਕਹਿ ਸਕਦੇ ਹਾਂ, ਹਲਕਾ ਜ਼ਿਆਦਾ। ਹੁਣ ਬਾਈ ਜੀ ਆਪਾਂ ਆ ਚੁੱਕੇ ਹਾਂ ਸੜਕਾਂ 'ਤੇ, ਤੁਸੀਂ ਦੇਖ ਹੀ ਲਿਆ ਆਪਣਾ ਪੂਰਾ ਚੈਲੇਂਜ। ਜਿਹੜਾ ਹੋਟਲ ਸੀਗਾ ਉਹ ਸਾਹਮਣੇ ਵਾਲਾ ਹੋਟਲ ਆ, ਅਤੇ ਬਹੁਤ ਜ਼ਿਆਦਾ ਮਜ਼ਾ ਆਇਆ। ਪੂਰੇ 24 ਘੰਟੇ ਆਪਾਂ ਇੱਥੇ ਕੱਟੇ ਆ, ਬਹੁਤ ਇੰਜੋਏ ਕੀਤਾ, ਬਹੁਤ ਅਲੱਗ ਅਲੱਗ ਪਾਰਟ ਦੇਖੇ ਯਾਰ। ਮਤਲਬ 20,000 ਰੁਪਈਏ ਵਿੱਚ ਹੈ ਨਾ ਵਧੀਆ ਟ੍ਰਿਪ ਨਿਕਲ ਜਾਂਦੀ ਆ। ਉਹ ਸਿਰਫ ਇੱਕ ਹੋਟਲ, ਮਤਲਬ ਇਹ ਚੀਜ਼ਾਂ ਕਦੇ ਕਦੇ ਐਕਸਪੀਰੀਅੰਸ ਹੋਣ ਵਾਲੀਆਂ ਹੁੰਦੀਆਂ ਨੇ ਹੈ ਨਾ, ਸੈਮਰ ਸ਼ਾਹ ਜਿਹੜਾ ਆਪਾਂ ਰੋਜ਼ ਜਾਣਾ ਹੁੰਦਾ। ਤਾਂ ਕਰਕੇ ਕਿਵੇਂ ਲੱਗਿਆ ਜ਼ਰੂਰ ਦੱਸੋ, ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ। ਗਲਾ ਖਰਾਬ ਹੋ ਗਿਆ ਯਾਰ ਪੀ ਕੇ ਨਹੀਂ ਥੋੜ੍ਹਾ ਜਿਹਾ। ਅਤੇ ਬਸ ਯਾਰ ਜ਼ਰੂਰ ਦੱਸੋ ਠੀਕ ਆ ਕਮੈਂਟ ਕਰਕੇ ਕਿ ਤੁਸੀਂ ਕਿਵੇਂ ਆ ਜਰਨੀ ਨੂੰ ਇੰਜੋਏ ਕੀਤਾ। ਆਪਾਂ ਮਿਲਦੇ ਹਾਂ ਨੈਕਸਟ ਦੇ ਘੈਂਟ ਦੇ ਚੈਲੇਂਜ ਦੇ ਵਿੱਚ। ਟਿਲ ਦੈਨ ਪੀਸ ਆਊਟ।